छोटी उम्र ही चाहूंगा कि अपा मतलब सारे ने बाहर जाके सेट होइए मतलब बाहर जाके ही काम करिए है ना जी। जनता ने मेनू दुबई की थान से मेनू इन्होंने इराक ने उतारिया मैंने अपा प्लेन तो उतरे हाँ तो सारी थाना देखा कि मतलब मिलिट्री की गड्डिया ही गड्डिया आ रही थी हर पास कोई चिड़ी नहीं कोई जानवर नहीं कोई कुत्ता नहीं कोई बिल्ली नहीं कई जे नाल बंद मतलब जो बहुत ज्यादा करते सारे रात जो बंब चलते होंगे ना साढ़े कमरे को टैंक होंगे टैंक की धमक के नाल कई बंद मतलब इन्ना डरते तो सारे मतलब रब का ना जपन लग पे कि पता नहीं बंब के इधर ना ग्यारह च मैं मलेशिया गया जी उसे थोड़े काम किया उसे भी एजेंडा ने यही कि इतों जो टूरिस्ट वीजा ਰਾਜ ਗੁਪਤਾ ਅੱਜ ਤੁਹਾਨੂੰ ਅਜਿਹੇ ਸਰਦਾਰ ਦੇ ਕੋਲ ਲੈ ਕੇ ਆਏ ਹਾਂ ਜੋ ਕਿ ਵਿਦੇਸ਼ ਤੋਂ ਖਾਣਾ ਬਣਾਉਣਾ ਸਿੱਖ ਕੇ ਆਇਆ ਹੈ ਤੇ ਪੰਜਾਬ ਦੇ ਵਿੱਚ ਆ ਕੇ ਲੋਕਾਂ ਨੂੰ ਵਿਦੇਸ਼ੀ ਖਾਣਾ ਖਵਾ ਰਿਹਾ ਹੈ ਬਿਲਕੁਲ ਅੱਜ ਤੁਹਾਨੂੰ ਅਜਿਹੇ ਸਰਦਾਰ ਦੇ ਨਾਲ ਮਿਲਾਵਾਂਗੇ ਜੋ ਕਿ ਵਿਦੇਸ਼ ਦੀ ਸਿੱਖੀਆਂ ਹੋਈਆਂ ਚੀਜ਼ਾਂ ਪੰਜਾਬ ਦੇ ਖਾਸ ਕਰ ਜਲੰਧਰ ਦੇ ਲੋਕਾਂ ਨੂੰ ਖਵਾ ਰਹੇ ਨੇ ਅਸੀਂ ਇਸ ਵਕਤ ਜਲੰਧਰ ਦੇ ਵਿੱਚ ਹੀ ਹਾਂ ਜਲੰਧਰ ਦੇ ਮਾਲ ਟਾਊਨ ਇਲਾਕੇ ਦੇ ਵਿੱਚ ਹਾਂ ਤਾਂ ਇਹ ਤਸਵੀਰ ਤੁਸੀਂ ਦੇਖੋ ਅਮੈਰੀਕਨ ਚਿਕਨ ਬਰਗਰ ਨਾਮ ਤੁਸੀਂ ਪਹਿਲੀ ਵਾਰੀ ਸੁਣਿਆ ਹੋਵੇਗਾ ਅਮੈਰੀਕਨ ਚਿਕਨ ਬਰਗਰ ਦਾ ਅਤੇ ਬਾਈ ਦੀ ਕਿੱਸੇ ਜਿਹੜੇ ਨੇ ਉਹ ਤੁਸੀਂ ਸੁਣੋਗੇ ਤਾਂ ਕਿੱਸੇ ਸੁਣ ਕੇ ਵੀ ਹੈਰਾਨ ਹੋ ਜਾਓਗੇ ਬਾਈ ਨੇ ਕਿਵੇਂ ਬਾਹਰਲਾ ਜਿਹੜਾ ਖਾਣਾ ਬਣਾਉਣਾ ਸਿੱਖਿਆ ਕਿਵੇਂ ਇਸ ਜ਼ਿੰਦਗੀ ਨੂੰ ਸ਼ੁਰੂ ਕੀਤਾ ਉਸ ਬਾਰੇ ਵੀ ਤੁਹਾਡੇ ਤੱਕ ਜਾਣਕਾਰੀ ਲੈ ਕੇ ਆਪਾਂ ਜ਼ਰੂਰ ਪੇਸ਼ ਹੋਵਾਂਗੇ ਪਰ ਉਸ ਤੋਂ ਪਹਿਲਾਂ ਤੁਹਾਨੂੰ ਇਹਨਾਂ ਦੀ ਕੀ ਸਟੋਰੀ ਰਹੀ ਉਸ ਬਾਰੇ ਆਪਾਂ ਰੂਬਰੂ ਜਿਹੜਾ ਹੈ ਉਹ ਕਰਾਉਂਦੇ ਹਾਂ ਬਾਈ ਜੀ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਈ ਜੀ ਇੱਕ ਤਾਂ ਬਹੁਤ ਬਹੁਤ ਤੁਹਾਡਾ ਸਵਾਗਤ ਹੈ ਅਤੇ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਅੱਛਾ ਬਾਈ ਜੀ ਕਿੱਸਾ ਕੀ ਰਿਹਾ ਤੁਹਾਡਾ ਉਹ ਮੈਂ ਜਾਣਨਾ ਚਾਹੂੰਗਾ ਜਿਵੇਂ ਤੁਸੀਂ ਵਿਦੇਸ਼ ਦੇ ਵਿੱਚ ਇੱਕ ਤਾਂ ਤੁਹਾਡਾ ਮੈਂ ਕਾਰਟ ਦੇਖ ਕੇ ਸਮਝ ਗਿਆ ਕਿ ਬਾਹਰੋਂ ਤੁਸੀਂ ਸਿੱਖ ਕੇ ਆਏ ਹੋ ਪਹਿਲਾਂ ਤਾਂ ਮੈਨੂੰ ਇਹ ਜ਼ਰੂਰ ਦੱਸੋ ਕਿ ਬਾਹਰੋਂ ਕੀ ਕੀ ਚੀਜ਼ ਸਿੱਖ ਕੇ ਆਏ ਹੋ ਤੁਸੀਂ ਅਤੇ ਬਾਹਰ ਜਾਣ ਦਾ ਸੁਭਾਅ ਕਿਵੇਂ ਬਣਿਆ ਜੀ ਜਦ ਮੈਂ ਸਟੱਡੀਜ਼ ਕੀਤਾ ਖਤਮ ਹੀ ਕਹਿਣਾ ਆਪਣੀਆਂ ਅਤੇ ਸਾਰੇ ਜਿਹੜੇ ਫਰੈਂਡ ਸੀਗੇ ਬਾਹਰ ਮਤਲਬ ਚਲੇ ਗਏ ਸੀਗੇ ਅਤੇ ਕੁਛ ਜਾ ਰਹੇ ਸੀਗੇ ਫਿਰ ਤੁਹਾਨੂੰ ਪਤਾ ਉਦੋਂ ਸਾਰਿਆਂ ਨੂੰ ਛੋਟੀ ਉਮਰੇ ਇਹੀ ਚਾਹ ਹੁੰਦਾ ਕਿ ਆਪਾਂ ਮਤਲਬ ਸਾਰਿਆਂ ਨੇ ਬਾਹਰ ਜਾ ਕੇ ਸੈੱਟ ਹੋਈਏ ਮਤਲਬ ਬਾਹਰ ਜਾ ਕੇ ਹੀ ਕੰਮ ਕਰੀਏ ਹੈ ਨਾ ਜੀ ਅਤੇ ਉਸ ਚੱਕਰ 'ਚ ਫਿਰ ਮਤਲਬ ਆਪਾਂ ਮੈਂ ਆਪਣੇ ਫਾਦਰ ਸਾਹਿਬ ਨੂੰ ਕਿਹਾ ਕਿ ਮੈਂ ਵੀ ਬਾਹਰ ਜਾਣਾ ਚਾਹੁੰਦਾ ਅਤੇ ਉਹਨਾਂ ਨੇ ਜ਼ਿਆਦਾ ਪਤਾ ਪੂਰਾ ਕਰਕੇ ਅਤੇ ਮੈਨੂੰ ਦੁਬਈ ਵਾਸਤੇ ਉਹਨਾਂ ਨੇ ਕੀਤਾ ਉਹਨਾਂ ਨੇ ਨਾ ਅਪਲਾਈ ਕਿ ਦੁਬਈ ਚਲੇ ਜਾਏਗਾ ਚਲੋ ਉੱਥੇ ਜਾ ਕੇ ਕੰਮ ਕਰਨੇ ਸੈੱਟ ਹੋ ਜਾਏਗਾ ਪਰ ਏਜੰਟਾਂ ਨੇ ਮੈਨੂੰ ਦੁਬਈ ਦੀ ਥਾਂ ਤੇ ਮੈਨੂੰ ਇਹਨਾਂ ਨੇ ਇਰਾਕ ਵਿੱਚ ਉਹਨਾਂ ਨੇ ਉਤਾਰਿਆ ਮੈਨੂੰ ਅੱਛਾ ਹਾਂਜੀ ਇੱਕ ਕਿਸ ਵਕਤ ਦਾ ਟਾਈਮ ਸੀਗਾ ਜਦੋਂ 2004 ਦੀ ਗੱਲ ਹੈ ਜੀ 2004 ਅੱਛਾ 2004 ਦੇ ਵਿੱਚ ਵਾਰ ਜ਼ੋਨ ਸਿਗਾਈ ਗਿਆ ਜੀ ਲੜਾਈ ਲੱਗੀ ਹੋਈ ਸੀ ਇਹ ਉਦੋਂ ਦਾ ਸਮਾਂ ਜੀ 2004 ਚ 2004 ਦੇ ਵਿੱਚ ਉਦੋਂ ਮੇਰੀ ਉਮਰ ਬਹੁਤ ਛੋਟੀ ਹੁੰਦੀ ਸੀ ਮੈਂ 19 ਸਾਲ ਦਾ ਸੀਗਾ ਜੀ ਉਦੋਂ ਅੱਛਾ ਹਾਂਜੀ ਅੱਛਾ 19 ਸਾਲ ਦੀ ਉਮਰ ਦੇ ਵਿੱਚ ਤੁਸੀਂ ਵਿਦੇਸ਼ ਦੇ ਵਿੱਚ ਚੱਲ ਗਏ ਤੇ ਗਏ ਵੀ ਉਸ ਜਗ੍ਹਾ ਦੇ ਉੱਤੇ ਜਿੱਥੇ ਲੜਾਈ ਹੁੰਦੀ ਹੈ ਮਾਹੌਲ ਕੀ ਦੇਖਿਆ ਤੁਸੀਂ ਜੀ ਉੱਥੇ ਜਦੋਂ ਆਪਾਂ ਪਲੇਨ ਤੋਂ ਉਤਰੇ ਆ ਤੇ ਉਹ ਸਾਰੇ ਥਾਂ ਤੇ ਦੇਖਿਆ ਕਿ ਮਤਲਬ ਮਿਲਟਰੀ ਦੀ ਗੱਡੀਆਂ ਹੀ ਗੱਡੀਆਂ ਆ ਰਹੀਆਂ ਜੀ ਹਰ ਪਾਸੇ ਕੋਈ ਚਿੜੀ ਨਹੀਂ ਕੋਈ ਜਾਨਵਰ ਨਹੀਂ ਕੋਈ ਕੁੱਤਾ ਨਹੀਂ ਕੋਈ ਬਿੱਲੀ ਨਹੀਂ ਪਰ ਜਿੱਧਰ ਨੂੰ ਨਿਗਾਹ ਮਾਰਦੇ ਹੀ ਰੇਤ ਰੇਤ ਸੀਗੀ ਜੀ ਤੇ ਉੱਥੇ ਸਾਨੂੰ ਮਿਲਟਰੀ ਦੇ ਫਿਰ ਬੱਸਾਂ ਆਈਆਂ ਸਾਨੂੰ ਬਿਠਾ ਕੇ ਮੁੜ ਕੇ ਜਿਹੜਾ ਮਿਲਟਰੀ ਬੇਸ ਹੁੰਦਾ ਆ ਸਾਨੂੰ ਉੱਥੇ ਲੈ ਗਏ ਸੀਗੇ ਜੀ ਬਗਦਾਦ ਸ਼ਹਿਰ ਦੇ ਅੰਦਰ ਅੱਛਾ ਜੀ ਅੱਛਾ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰ ਉਹ ਹੀ ਸਾਨੂੰ ਇੱਕ ਦੋ ਦਿਨ ਉਹਨਾਂ ਨੇ ਦੱਸਿਆ ਕਿ ਆਹ ਕੰਮ ਹੈ ਤੁਹਾਡਾ ਤੁਸੀਂ ਮਤਲਬ ਮਿਲਟਰੀ ਨੂੰ ਫੋਨ ਸਰਵ ਕਰਨਾ ਹੈ ਉਹਨਾਂ ਨੇ ਦੋ ਤਿੰਨ ਦਿਨ ਸਾਨੂੰ ਨਾਲ ਉਹਨਾਂ ਨੇ ਪਹਿਲੇ ਹੈਲਪ ਲਈ ਭੇਜਿਆ ਉਸ ਤੋਂ ਬਾਅਦ ਸਾਨੂੰ ਜਦੋਂ ਹੋ ਗਿਆ ਟਾਈਮ ਸੈੱਟ ਤੇ ਫਿਰ ਸਾਨੂੰ ਮੁੜ ਕੇ ਡਿਊਟੀਆਂ ਸਾਡੀਆਂ ਸਾਨੂੰ ਅੱਛਾ ਬਾਈ ਜੀ ਤੁਸੀਂ ਉਸ ਜਗ੍ਹਾ ਦੇ ਉੱਤੇ ਸੀਗੇ ਜਿੱਥੇ ਵਾਰ ਜ਼ੋਨ ਸ਼ੁਰੂ ਸੀਗਾ ਉਸ ਜਗ੍ਹਾ ਦੇ ਉੱਤੇ ਤਾਂ ਤੁਸੀਂ ਖੂਨ ਖਰਾਬਾ ਹੀ ਬੜਾ ਦੇਖਿਆ ਹੋਵੇਗਾ ਤੁਸੀਂ ਕਿਵੇਂ ਮੈਨੇਜ ਕਿਵੇਂ ਕੀਤਾ ਆਪਣੇ ਆਪ ਨੂੰ ਕਿਉਂਕਿ ਵਾਰ ਜ਼ੋਨ ਦੇ ਵਿੱਚ ਜਾ ਕੇ ਲੋਕਾਂ ਨੂੰ ਖਾਣਾ ਖਿਲਾਉਣਾ ਬਣਾ ਕੇ ਖਿਲਾਉਣਾ ਇੱਕ ਇੰਡੀਅਨ ਦਾ ਬੜਾ ਹੀ ਜਿਹੜਾ ਕਹਿ ਲਓ ਸੋਚਣ ਵਾਲੀ ਗੱਲ ਹੈ ਕਿਵੇਂ ਤੁਸੀਂ ਮੈਨੇਜ ਕੀਤਾ ਜੀ ਉੱਥੇ ਜਦੋਂ ਨਾ ਇਹ ਕੰਪਨੀਆਂ ਕਾਫੀ ਸਾਰੀਆਂ ਹੈਗੀਆਂ ਜਿਹੜਾ ਉੱਥੇ ਸੀ ਇਹ ਕੰਪਨੀ ਗਲਫ ਕੈਟਰਿੰਗ ਤੇ ਸਾਡਾ ਕੰਮ ਸੀ ਸਿਰਫ ਸਰਵਿੰਗ ਕਰਨਾ ਤੇ ਜਿਹੜੇ ਸ਼ੈਫ ਕਿਚਨ ਡਿਪਾਰਟਮੈਂਟ ਸੀ ਉਹ ਅਲੱਗ ਹੁੰਦਾ ਹੈ ਹਾਊਸਕੀਪਿੰਗ ਡਿਪਾਰਟਮੈਂਟ ਅਲੱਗ ਸੀਗਾ ਤੇ ਸਾਡਾ ਡਿਪਾਰਟਮੈਂਟ ਜਿਹੜਾ ਸੀਗਾ ਸਾਨੂੰ ਅਸੀਂ ਸਿਰਫ ਕਾਊਂਟਰ ਦੇ ਉੱਤੇ ਸਰਵ ਕਰਦੇ ਸੀ ਫੂਡ ਅੱਛਾ ਤੇ ਜਿਹੜੀ ਸਾਡੀ ਲੋਕੇਸ਼ਨਸ ਹੁੰਦੀਆਂ ਸੀ ਜਿਹੜਾ ਵਧੀਆ ਜਿਹਾ ਕੋਈ ਮਤਲਬ ਸਾਨੂੰ ਮਾਲ ਬਣਿਆ ਉਹ ਮਤਲਬ ਅੰਦਰ ਡਾਈਨਿੰਗ ਸੈੱਟ ਪੂਰਾ ਬਣਿਆ ਹੁੰਦਾ ਸੀ ਉਹ ਮਿਲਟਰੀ ਬੇਸ ਦੇ ਅੰਦਰ ਹੈ ਜੀ ਤੇ ਜੋ ਵਾਰਦਾਤ ਜਾਂ ਕੋਈ ਹਮਲਾ ਵਗੈਰਾ ਹੁੰਦਾ ਉਦੋਂ ਆਊਟਸਾਈਡ ਮਿਲਟਰੀ ਏਰੀਆ ਤੋਂ ਹੁੰਦਾ ਮਤਲਬ ਪਰ ਫਿਰ ਵੀ ਕਈ ਦੇ ਅੰਦਰ ਉਹ ਰਾਕਟ ਲਾਂਚਰ ਵਗੈਰਾ ਜਾਂ ਹੋਰ ਕਈ ਇਹਨਾਂ ਨੇ ਬੰਬ ਵਗੈਰਾ ਅੰਦਰ ਸੁੱਟ ਦਿੰਦੇ ਹੁੰਦੇ ਸੀ ਹੈ ਤਾਂ ਰਿਸਕੀ ਏਰੀਆ ਸੀ ਬਹੁਤ ਪਰ ਫਿਰ ਵੀ ਹੁਣ ਜਦੋਂ ਇੱਕ ਵਾਰੀ ਚਲੇ ਗਏ ਪਹਿਲੀ ਵਾਰੀ ਸੋਚਿਆ ਕਿ ਹੁਣ ਆ ਹੀ ਗਏ ਹਾਂ ਤਾਂ ਹੁਣ ਇੱਥੇ ਕੰਮ ਕਰਕੇ ਹੀ ਜਾਵਾਂਗੇ ਬਿਲਕੁਲ ਡਰ ਤਾਂ ਬੰਦੇ ਨੂੰ ਲੱਗਦਾ ਹੀ ਹੈ ਜਦੋਂ ਵਾਰ ਜ਼ੋਨ ਦੇ ਵਿੱਚ ਹੋ ਤੁਸੀਂ ਕਿੱਥੇ ਵੀ ਹੋਵੋਗੇ
ਇਹ ਤਾਂ ਮਨ ਦੇ ਵਿੱਚ ਹਮੇਸ਼ਾ ਖਟਕਦਾ ਰਹੇਗਾ ਕਿ ਪਤਾ ਨਹੀਂ ਅੱਜ ਕਿਹੜਾ ਬੰਬ ਕਿੱਧਰੋਂ ਆ ਕੇ ਡਿੱਗ ਜਾਵੇ ਤੇ ਅਸੀਂ ਕਿੱਥੇ ਹੋਈਏ। ਇਹ ਤਾਂ ਬਿਲਕੁਲ ਜੀ ਖੌਫ ਹੁੰਦਾ ਜੀ, ਪਰ ਬਾਬੇ ਦੀ ਕਿਰਪਾ ਸੀ ਜਦੋਂ ਆਏ ਆਪਾਂ ਇੰਨਾ ਮਤਲਬ ਡਰ ਮਹਿਸੂਸ ਨਹੀਂ ਕੀਤਾ, ਪਰ ਕਈ ਜਿਹੜੇ ਨਾਲ ਦੇ ਬੰਦੇ ਸੀ ਮਤਲਬ ਜਿਹੜੇ ਬਹੁਤ ਜ਼ਿਆਦਾ ਡਰਦੇ ਸੀ, ਉਹ ਸਾਰੇ ਸਾਲ ਰਾਤੀ ਜੋ ਬੰਬ ਚੱਲਦੇ ਹੁੰਦੇ ਸੀ ਨਾ ਸਾਡੇ ਕਮਰੇ ਕੋਲ ਟੈਂਕ ਹੁੰਦੇ ਸੀ ਤੇ ਬੰਬ ਟੈਂਕਾਂ ਦੀ ਧਮਕ ਦੇ ਨਾਲ ਹੀ ਕਈ ਬੰਦੇ ਮਤਲਬ ਇੰਨਾ ਡਰਦੇ ਸੀ ਤੇ ਉਹ ਸਾਰਾ ਕਿੰਨੇ ਸਾਲ ਕੰਮ ਕੀਤਾ ਤੁਸੀਂ? 2 ਸਾਲ ਕੰਮ ਕੀਤਾ ਜੀ। 2 ਸਾਲ ਬਾਅਦ ਜਦੋਂ ਭਾਰਤ ਪਰਤੇ, ਪੰਜਾਬ ਜਲੰਧਰ ਦੇ ਵਿੱਚ ਪਰਤੇ, ਉਦੋਂ ਮਨ ਦੇ ਵਿੱਚ ਕੀ ਖਿਆਲ ਰਿਹਾ? ਕਿਉਂਕਿ ਜਲੰਧਰ ਦੇ ਵਿੱਚ ਜਦੋਂ ਤੁਸੀਂ ਵਾਪਸ ਆਏ ਉਦੋਂ ਮੈਂ ਦੇਖਿਆ ਪੰਜਾਬ ਦੇ ਵਿੱਚ ਕੰਮ ਬਹੁਤ ਘੱਟ ਹੈ, ਗੱਲ ਕਰੀਏ ਖਾਸ ਕਰ ਭਾਰਤ ਦੀ ਤਾਂ ਭਾਰਤ ਦੇ ਵਿੱਚ ਕੰਮ ਬਹੁਤ ਘੱਟ ਹੈ, ਬੇਰੋਜ਼ਗਾਰੀ ਬਹੁਤ ਜ਼ਿਆਦਾ ਹੈ, ਤੇ ਜਦੋਂ ਤੁਸੀਂ ਆਏ ਇਸ ਜਗ੍ਹਾ ਦੇ ਉੱਤੇ ਤੁਹਾਨੂੰ ਕੰਮ ਸੌਖੇ ਤਰੀਕੇ ਨਾਲ ਮਿਲ ਗਿਆ ਸੀ ਜਾਂ ਮਿਹਨਤ ਕਰੀ ਉਸ ਤੋਂ ਬਾਅਦ ਲੱਭਣਾ ਪਿਆ? 6 ਚ ਵਾਪਸ ਆਇਆ ਤੇ ਮੈਂ ਕਾਫੀ ਕੰਮ ਨਹੀਂ ਕੀਤਾ। ਤੁਹਾਨੂੰ ਪਤਾ ਜਿਹੜੇ ਬੰਦੇ ਬਾਹਰੋਂ ਆਉਂਦੇ ਉਹ ਕਹਿੰਦੇ ਨਾ 2-4 ਮਹੀਨੇ, 6 ਮਹੀਨੇ, 8 ਮਹੀਨੇ, ਸਾਲ ਏਦਾਂ ਮਤਲਬ ਘੁੰਮ ਫਿਰ ਕੇ ਵੇਸਟ ਕਰ ਦਿੰਦੇ ਆ ਬੰਦਾ ਰਿਸ਼ਤੇਦਾਰਾਂ ਦੇ ਵਿੱਚ ਘੁੰਮਦਾ ਹੈ, ਜਿੱਥੇ ਚਲੇ ਗਿਆ ਉੱਥੇ ਚਲੇ ਗਿਆ, ਮਤਲਬ ਬਾਹਰੋਂ ਆਏ ਹੋਣਾ ਆਪਾਂ ਕੰਮ ਨਹੀਂ ਕਰਨਾ, ਉਹੀ ਸੋਚ ਹੈ, ਛੋਟੇ ਸੀਗੇ ਤੇ ਕਾਫੀ ਦੇਰ ਦਾ ਕੰਮ ਨਹੀਂ ਕੀਤਾ ਤੇ ਉਸ ਤੋਂ ਬਾਅਦ ਜੀ ਫਿਰ ਆਪਾਂ ਮੈਂ ਮੇਰੇ ਮਾਮਾ ਜੀ ਦੇ ਦੋਸਤ ਸੀਗੇ ਅਫਰੀਕਾ ਦੇ ਵਿੱਚ, ਉੱਥੇ ਟਰਾਈ ਕੀਤਾ ਉਹਨਾਂ ਕੋਲ ਜਾ ਕੇ ਨਾ ਕਿ ਆਪਾਂ, ਮੈਂ ਉਹਨਾਂ ਕੋਲ ਗਿਆ ਉੱਥੇ ਤੇ ਉੱਥੇ ਟਰਾਂਸਪੋਰਟ ਦਾ ਕੁਛ ਕਰਨਾ ਚਾਹੁੰਦੇ ਸੀ ਕੰਮ, ਪਰ ਉੱਥੇ ਵੀ ਸੈਟਿੰਗ ਨਹੀਂ ਬਣੀ ਦੁਬਾਰਾ, ਫਿਰ ਉੱਥੋਂ ਵਾਪਸ ਆਏ ਹਾਂ ਤੇ 2012 ਚ 11 ਚ ਮੈਂ ਮਲੇਸ਼ੀਆ ਗਿਆ ਜੀ, ਉੱਥੇ ਥੋੜ੍ਹੇ ਜਿਹਾ ਕੰਮ ਕੀਤਾ, ਉੱਥੇ ਵੀ ਏਜੰਟਾਂ ਨੇ ਇਹੀ ਸਿਸਟਮ ਕਿ ਇੱਥੋਂ ਜਿਹੜੇ ਟੂਰਿਸਟ ਵੀਜ਼ਾ ਲਵਾ ਦਿੰਦੇ ਆ ਕਿ ਤੁਹਾਨੂੰ ਉੱਥੇ ਜਾ ਕੇ ਪਰਮਾਨੈਂਟ ਮਿਲੇਗਾ, ਮਤਲਬ ਇੱਥੇ ਬਹੁਤ ਜ਼ਿਆਦਾ ਫਰੋਡ ਕਰਦੇ ਜਿਹੜੇ ਏਜੰਟ ਹੈਗੇ ਆ। ਬਿਲਕੁਲ, ਤੇ ਉਹਨਾਂ ਨੇ ਮੇਰਾ ਵੀ ਉਹੀ ਕੀਤਾ ਕਿ ਮੈਨੂੰ ਕਹਿ ਕੇ ਕਿ ਤੈਨੂੰ ਟੂਰਿਸਟ ਵੀਜ਼ਾ ਤੈਨੂੰ ਭੇਜ ਦੇਣਾ, ਉੱਥੇ ਜਾ ਕੇ ਪਰਮਾਨੈਂਟ ਲਵਾ ਦਾਂਗੇ, 2-3 ਮਹੀਨੇ ਤੇਰਾ ਪਰਮਾਨੈਂਟ ਆ ਜਾਏਗਾ। ਉੱਥੇ ਗਏ ਆ, ਕੰਮ ਸ਼ੁਰੂ ਕਰ ਦਿੱਤਾ ਇੱਥੇ ਕੰਪਨੀ 'ਚ, ਤੇ 24 ਘੰਟੇ ਉੱਥੇ ਇਹੀ ਡਰ ਲੱਗਦਾ ਸੀਗਾ ਕਿ ਪੁਲਿਸ ਨੇ ਚੱਕ ਕੇ ਲੈ ਜੇ, ਪੁਲਿਸ ਨੇ ਚੱਕ ਕੇ ਲੈ ਜੇ, ਕਿਉਂਕਿ ਜਦੋਂ ਪੁਲਿਸ ਦੀ ਗੱਡੀ ਦਾ ਸਾਇਰਨ ਤੇ ਜਿਹੜੀ ਐਂਬੂਲੈਂਸ ਦਾ ਸਾਇਰਨ ਸੇਮ ਹੁੰਦਾ ਸੀ, ਉਹ ਸਾਇਰਨ ਸੁਣ ਕੇ ਡਰ ਲੱਗਣਾ ਪੈਂਦਾ ਕਿ ਕੋਈ ਚੁੱਕ ਕੇ ਨਾ ਲੈ ਜੇ। ਬਿਲਕੁਲ, ਉਸ ਤੋਂ ਬਾਅਦ ਕਈ ਬੰਦੇ ਤਾਂ ਕਾਫੀ ਕੰਮ ਕਰਦੇ ਰਹੇ ਉੱਥੇ, ਰਹੇ ਆ, ਪਰ ਮੈਂ ਇਹਦੇ ਵਾਪਸ ਆ ਗਿਆ। ਬਿਲਕੁਲ, ਮਨ ਦੇ ਵਿੱਚ ਖਿਆਲ ਵੀ ਬੜੇ ਆਉਂਦੇ ਨੇ ਕਿ ਯਾਰ ਘਰਦਿਆਂ ਦੇ ਪੈਸੇ ਲੱਗੇ ਆ ਤੇ ਮਤਲਬ ਫਿਰ ਜੇਲ੍ਹ ਕੱਟਣੀ ਪਏਗੀ ਨਾ, ਉਸ ਤੋਂ ਜੇਲ੍ਹ ਬਹੁਤ ਮਤਲਬ ਕਿਹਾ ਜਾਂਦਾ ਕਿ ਬਹੁਤ ਸਭ ਤੋਂ ਦੁਨੀਆ ਦੀ ਗੰਦੀ ਜੇਲ੍ਹ ਹੈ ਮਲੇਸ਼ੀਆ ਦੀ। ਬਿਲਕੁਲ ਬਿਲਕੁਲ, ਮੈਂ ਕਿਉਂਕਿ ਘਰਦਿਆਂ ਦੇ ਪੈਸੇ ਲੱਗੇ ਹੁੰਦੇ ਨੇ ਜਦੋਂ, ਉਦੋਂ ਫਿਰ ਮਨ ਦੇ ਵਿੱਚ ਖਿਆਲ ਵੀ ਆਉਂਦਾ ਹੈ ਕਿ ਜੋ ਮਰਜ਼ੀ ਹੋ ਜਾਵੇ ਘਰਦਿਆਂ ਦੇ ਪੈਸੇ ਪੂਰੇ ਕਰੀਏ ਤੇ ਉਸ ਤੋਂ ਬਾਅਦ ਭੱਜੀਏ। ਬਾਜੀ, ਉਸ ਤੋਂ ਬਾਅਦ ਤੁਸੀਂ ਜਦੋਂ ਪੰਜਾਬ ਵਾਪਸ ਆਏ ਤੇ ਇਹ ਕਿਵੇਂ ਰੇਹੜੀ ਕਿਵੇਂ ਸ਼ੁਰੂ ਕੀਤੀ, ਕੀ ਕਿੱਸਾ ਰਿਹਾ ਰੇਹੜੀ ਦਾ? ਇੱਥੇ ਜੀ ਮਤਲਬ ਫਿਰ ਜਿੱਦਾਂ ਇੱਥੇ ਜਦੋਂ ਆਫਟਰ ਸਿੰਗਾਪੁਰ ਫਿਰ ਮੈਂ ਇੱਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਨਾ, ਫਿਰ ਕਾਫੀ ਦੇਰ ਫਿਰ ਵੀ ਮੇਰਾ ਮਾਈਂਡ ਸੈਟ ਨਹੀਂ ਰਿਹਾ ਕਿ ਯਾਰ ਮੈਂ ਉੱਥੇ ਜੇ 50-60 ਹਜ਼ਾਰ ਕਮਾਉਂਦਾ ਸੀ ਇੱਥੇ ਮੈਂ 10 ਹਜ਼ਾਰ ਤੇ ਕੰਮ ਕਿੱਦਾਂ ਕਰਾਂਗਾ, ਉਹਦੇ ਚੱਕਰ ਚ ਫਿਰ ਮੈਂ 2-3 ਸਾਲ ਇੱਦਾਂ ਹੀ ਵੇਸਟ ਕੀਤੇ, ਫਿਰ ਹੌਲੀ ਹੌਲੀ ਸਮਝ ਆਈ, ਪਤਾ ਲੱਗਿਆ ਜੇ ਪੈਸੇ ਖਤਮ ਹੋ ਗਏ ਜੇਬ ਚੋਂ, ਫਿਰ ਲੱਗਾ ਕਿ ਮੈਂ ਆਪਣੇ ਖਰਚੇ ਪੂਰੇ ਆਪਣੀ ਨੀਡਸ ਕਿੱਦਾਂ ਪੂਰੀਆਂ ਕਰਨੀਆਂ ਹੈ ਹਨਾ, ਤੇ ਉਹ ਫਿਰ ਕਰਕੇ ਤਾਂ ਫਿਰ ਮੈਂ ਜੋਬ 'ਚ ਲੱਗਾ, ਮੈਂ ਇੱਥੇ ਕਿਤੇ ਲੱਗਿਆ ਸੀ ਜੋਬ ਦੇ ਪ੍ਰੋਪਰਟੀ ਦੇ ਨਾਲ ਆਫਿਸ, ਉੱਥੇ ਨੂੰ 10-12 ਹਜ਼ਾਰ ਜਿੱਦਾਂ ਤਨਖਾਹ ਮਿਲੀ ਸੀ, ਉੱਥੇ ਮੇਰੇ ਪਰ ਖਰਚੇ ਨਹੀਂ ਸੀ ਨਿਕਲਦੇ, ਪਰ ਉੱਥੋਂ ਮੇਰੇ ਤੇ ਇੱਦਾਂ ਕਿਰਪਾ ਹੋਈ ਹੈ ਕਿ ਮੇਰਾ ਗੁਰਦੁਆਰਾ ਸਾਹਿਬ ਮਾਲ ਟਾਊਨ ਜਿਹੜਾ ਹੈ ਉਹਦੇ ਪਿੱਛੇ ਉਹਨਾਂ ਦਾ ਆਫਿਸ ਹੁੰਦਾ ਸੀ ਜੀ, ਤੇ ਮੇਰੀ ਪਹਿਲੇ ਹੁੰਦੀ ਸੀ ਕਟਿੰਗ, ਮੈਂ ਰੋਜ਼ ਪਹਿਲੇ ਜਾਣਾ ਆਪਣਾ ਦਫ਼ਤਰ ਖੋਲਣਾ ਤੇ ਮੁੜ ਕੇ ਗੁਰਦੁਆਰਾ ਸਾਹਿਬ ਜਾ ਕੇ ਮੱਥਾ ਟੇਕਣਾ ਜੀ, ਉਹ 5-6 ਮਹੀਨੇ ਲਗਾਤਾਰ ਇੱਦਾਂ ਕੰਮ ਕੀਤਾ ਤੇ ਰੱਬ ਨੇ ਆਪਣੇ ਆਪ ਮੈਨੂੰ ਮਤਲਬ ਆਵਾਜ਼ ਮਾਰੀ ਤੇ ਮੈਂ ਮਤਲਬ ਪੱਗ ਬੰਨੀ ਸ਼ੁਰੂ ਕਰ ਦਿੱਤੀ ਉੱਥੋਂ ਦੀ। ਅੱਛਾ, ਤੇ ਉੱਥੋਂ ਇਹ ਸੀਨ ਹੋਇਆ ਤੇ ਮੁੜ ਕੇ ਜੀ ਏਦਾਂ ਹੀ, ਫਿਰ ਜਦੋਂ ਰੱਬ ਨੇ ਇੱਧਰ ਲਾਉਣਾ ਸੀਗਾ ਫਿਰ ਇੱਕ ਮੇਰੇ ਦੋਸਤਾਂ ਨੇ ਮੈਨੂੰ ਟਕਰਾ ਦਿੱਤਾ ਮੈਨੂੰ। ਅੱਛਾ, ਉਹਨਾਂ ਨੇ ਕਿਹਾ ਯਾਰ ਮੈਨੂੰ ਕੋਈ ਕੰਮ ਦਿਓ, ਮੇਰੇ ਇੱਦਾਂ ਖਰਚੇ ਪੂਰੇ ਨਹੀਂ ਹੁੰਦੇ, ਤੇ ਉਹ ਮੇਰੇ ਦੋਸਤ ਚੰਗੇ ਕਾਫੀ ਸੀਗੇ, ਉਹ ਕਹਿੰਦੇ ਸੀ ਇਹ ਕੰਮ ਦੇਣਾ ਚਾਹੁੰਦੇ ਆ ਤੂੰ ਲੈ ਲਾ, ਮਤਲਬ ਪੁਰਾਣੇ ਕਾਊਂਟਰ ਹੁੰਦੇ ਸੀ ਜੀ ਉਦੋਂ, ਤੇ ਉਹ ਫਿਰ ਮੈਂ ਲੈ ਲਿਆ, ਮੈਂ 2 ਦਿਨ ਮੈਨੂੰ ਉਹਨਾਂ ਕੰਮ ਸਿਖਾਇਆ ਤੇ 3 ਦਿਨ ਮੈਂ ਆਪਣੇ ਆਪ ਹੀ ਕੰਮ ਉੱਤੇ। ਅੱਛਾ ਬਾਈ, ਤੁਸੀਂ ਮਤਲਬ ਪਹਿਲਾਂ ਪੱਗ ਧਾਰੀ ਨਹੀਂ ਸੀਗੇ ਬਾਅਦ ਦੇ ਵਿੱਚ? ਜੀ ਜੀ। ਅੱਛਾ, ਬਿਲਕੁਲ ਯਾਰ, ਤੁਹਾਨੂੰ ਲੱਗਦਾ ਹੀ ਨਹੀਂ ਹੈਗਾ ਦੇਖ ਕੇ ਕਿ ਤੁਸੀਂ ਪਹਿਲਾਂ ਪੱਗ ਨਹੀਂ ਬੰਦੇ ਹੋਣਗੇ। ਹਾਂ ਜੀ, ਉਹੀ ਗੁਰੂ ਸਾਹਿਬ ਦੀ ਕਿਰਪਾ ਹੋਈ ਹੈ ਤੇ ਗੁਰਦੁਆਰਾ ਸਾਹਿਬ ਰੋਜ਼ ਜਾਂਦੇ 5-6 ਮਹੀਨੇ ਲਗਾਤਾਰ। ਅੱਛਾ, ਉਹ ਗੁਰੂ ਸਾਹਿਬ ਦੀ ਕਿਰਪਾ ਦੇ ਕਰਕੇ ਹੀ ਆਪਾਂ ਵਾਪਸੀ ਆਪਣੀ ਸਿੱਖੀ ਦੇ ਵਾਪਸ ਹੋਈ ਹੈ ਜੀ। ਅੱਛਾ ਬਾਈ ਜੀ, ਉਹਨਾਂ ਦੇ ਸਿਰ ਤੇ ਉਹਨਾਂ ਨੇ ਹੱਥ ਰੱਖਿਆ ਤੇ ਆਪਾਂ ਅੱਜ ਇੱਥੇ ਤੱਕ ਪਹੁੰਚੇ ਤੇ ਆਪਾਂ ਚੰਗਾ ਕੰਮ ਕਰ ਰਹੇ, ਲੋਕਾਂ ਦਾ ਚੰਗਾ ਪਿਆਰ ਬਣਿਆ ਹੋਇਆ ਸਾਰਿਆਂ ਦਾ। ਅੱਛਾ ਬਾਈ ਜੀ, ਤੁਸੀਂ ਇਹ ਕਾਠ ਛੋਟੀ ਜਿਹੀ ਲਗਾ ਰਹੇ ਹੋ, ਜ਼ਰੂਰ ਇੱਕ ਵਾਰੀ ਤਸਵੀਰ ਮੈਂ ਕਾਠ ਦੀ ਦਿਖਾਉਣਾ ਚਾਹੂੰਗਾ। ਇਹ ਛੋਟੀ ਜਿਹੀ ਕਾਠ ਹੈ ਜੋ ਕਿ ਬਾਈ ਲਗਾ ਰਹੇ ਨੇ। ਬਾਈ ਜੀ, ਇਸ ਕਾਠ ਦੇ ਵਿੱਚ ਕੀ ਕੀ ਮਿਲਦਾ ਹੈ, ਲੋਕਾਂ ਨੂੰ ਕੀ ਕੀ ਤੁਸੀਂ ਖਵਾਉਂਦੇ ਹੋ? ਜੀ, ਇੱਥੇ ਸਾਡੇ ਕੋਲ ਵੈਜ ਬਰਗਰ, ਫਿਰ ਉਸ ਤੋਂ ਬਾਅਦ ਜੀ ਐਗ ਬਰਗਰ ਹੈਗੇ, ਐਗ ਦੀ ਆਈਟਮ, ਚਿਕਨ ਦੀ ਆਈਟਮ ਹੈਗੇ ਜੀ, ਚਿਕਨ ਬਰਗਰ, ਚਿਕਨ ਰੋਲ, ਮੋਮੋਸ ਹੁੰਦੇ ਆ ਜੀ,
ਫਰਾਈ ਚਿਕਨ ਹੁੰਦਾ ਜੀ ਸਾਡੇ ਮੇਰੇ ਪਿੱਛੇ ਇੱਕ ਵੀਡੀਓ ਆਈ ਸੀ ਜੀ ਚਿਕਨ ਵਿੰਗਸ ਦੀ ਜੋ ਉਸ ਨਾਲ ਕੰਮ ਸ਼ੁਰੂ ਹੋਇਆ ਸੀ ਹਾਂਜੀ 20 ਰੁਪਏ ਦੇ ਉਦੋਂ ਸਟਾਰਟਿੰਗ ਚ ਮਤਲਬ ਇਦਾਂ ਦੀ ਕਿਰਪਾ ਹੋਈ ਮੇਰੇ ਤੇ ਕਿ ਮਤਲਬ ਆਪਣਾ ਕੰਮ ਬਹੁਤ ਵਧੀਆ ਉਹਦੇ ਚੱਲਿਆ ਉਦੋਂ ਜੀ 20 ਰੁਪਏ ਦੇ ਮਤਲਬ ਇੰਨੇ ਲੋਕਾਂ ਦਾ ਮੈਨੂੰ ਪਿਆਰ ਮਿਲਿਆ ਬਹੁਤ ਮੇਰੇ ਮਤਲਬ ਕਸਟਮਰ ਦਾ ਮੈਨੂੰ ਬਹੁਤ ਸਪੋਰਟ ਮਿਲਿਆ ਜੀ ਅੱਛਾ ਬਾਈ ਜੀ ਹੁਣ ਵੀ ਚੱਲ ਰਿਹਾ 20 ਰੁਪਏ ਨਹੀਂ ਹੁਣ ਇਸ ਟਾਈਮ ਜੀ ਦੇਖੋ ਪਿਛੇ ਸਾਲ ਸਵਾ ਸਾਲ ਦੀ ਗੱਲ ਆ ਹੁਣ ਉਦੋਂ ਤੱਕ ਆਂਦੇ ਆਂਦੇ ਜੀ ਬਹੁਤ ਚੀਜ਼ਾਂ ਦਾ ਰੇਟਾਂ ਫਰਕ ਪੈਂਦਾ ਛੋਟਾ ਸਮਗਰੀ ਲਈ ਦੀ ਆ ਨਾ ਸਿਲੰਡਰ ਦਾ ਰੇਟ ਫਰਕ ਪੈਂਦਾ ਹਰ ਚੀਜ਼ ਦਾ ਉਸ ਕਰਕੇ ਤੋਂ ਥੋੜਾ ਜਿਹਾ ਨੂੰ ਆਪਾਂ ਮੋਡੀਫਾਈ ਕੀਤਾ ਆ ਬਾਕੀ ਕੁਆਲਿਟੀ ਉਹੀ ਹੈ ਕੁਆਂਟੀਟੀ ਮਤਲਬ ਠੀਕ ਆ ਸਭ ਚੱਲ ਰਿਹਾ ਅੱਛਾ ਬਾਈ ਜੀ ਹੁਣ ਮਨ ਦੇ ਵਿੱਚ ਕਦੀ ਕਦੀ ਖਿਆਲ ਆਉਂਦਾ ਹੈ ਕਿ ਬਾਹਰ ਚਲ ਜਾਈਏ ਨਹੀਂ ਜੀ ਬਾਹਰ ਜਾਣ ਦਾ ਕੋਈ ਆਪਣਾ ਖਿਆਲ ਨਹੀਂ ਹੈ ਇਹੀ ਆਪਣਾ ਬਾਹਰ ਹੈ जो मेनू पहले बाहर जाना पर बाहर भाजी देखो जो अहीं काम करदे आ सारा रोटी पानी आप पकाउणा है ना कपड़े धोणे आ सवेरे टाइम तो पहला उत्थे सानू काम ते लै जाया जांदा बहुत आसानी रहिंदी है पंजाब बहुत सारे मुंडियां नूं इही बाहर जाके ओपरचुनिटी बहुत ज्यादा ने बाहर जाके आपां कोई काम करदे आ तां उसदा मुल पैंदा है पंजाब दे विच क्यों नहीं पैंदा मुल भाई देखो जी बाहर जाके सिर्फ ओ कंट्रीआं विच मुल पैंदा जिहड़ी वड्डियां अमेरिका कनेडा बिलकुल समझो एक जेब वाला सिस्टम होंगे उस वे काम लेना सवेरे दिमाग लगाने की खोलना चाहिए कई काफी सारे कपल्स ने देखे अजक मतलब उन्होंने काम शुरू किया बहुत वधिया लगता कि अपने कई बंदे जिहड़े पंजाबी काम करन लग पए आ बाकी अपने दोस्तां नूं भरावां नूं मित्रां नूं इही मैं कहना चाहुंदा कि भराओ तुसीं इत्थे काम करो जे तुहानूं किसे चीज़ दी लोड़ हैगी आ तुसीं मैनूं आके मिलो तुहानूं मैं सुझाव देवांगा किद्दां काम करना है किथों समान मिलदा है ते किद्दां करना है ते तुहाडी सारी पूरी मदद करांगा ठीक है शुक्रिया भाई जी तुसीं समां दित्ता तां सरदार भाई है जिन्हां दे नाल तुहाडी मुलाकात कराई है छोटी जी कार्ट चला रहे ने विदेश दे विच जा चुके ने विदेश दे विच जा के जड़ा है ओ कई चीज़ा जड़िया ने ओ सीख चुके ने उस जगह दे उते विदेश दे कई दौरे लगाए ने क्योंकि एक नवा नवा चाह हुंदा है हमेशा तुसी पंजाबियां दे विच ये चाह जरूर देखा होगा कि बाहर चल जाइए बाहर जाके खूब पैसा कमाइए तो पंजाब दे विच आके टोर मारीे बट कि ना कि भाई ने जो सच्चाई दसी है वो एक मु एक समय दे विच जाके जड़ा है वो सच हुंदी हुई नज़र आ रही है उम्मीद करते हैं तुहानू वीडियो चंगी लगी होगी जेकर वीडियो चंगी लगी है तो वध तो वध इस वीडियो नू जरूर शेयर करो और बने रहो साडे चैनल दे नाल।